ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਤੁਸੀਂ ਦੱਸਦੇ ਪਏ ਹੋਤਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਵੀਰ ਮੁਹੰਮਦ ਲਤੀਫ ਜੱਟ। ਦੋਸਤੋ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਬਾਸਾਨ ਤਰੀਕੇ ਸੇ ਪਹੁੰਚ ਸਕੇ। ਅੱਜ ਵੀਰਾਂ ਵਾਸਤੇ ਮਾਸ਼ਾਅੱਲਾ ਪਹਿਲਾਂ ਝੋਟੀ ਵੀਡੀਓ ਲੈ ਕੇ ਆਇਆ। ਮੇਰਾ ਕੈਮਰਾਮੈਨ ਸਭ ਤਸੱਲੀ ਕਰਵਾ ਰਿਹਾ, ਮਾਸ਼ਾਅੱਲਾ ਪਹਿਲਾਂ ਝੋਟੀ ਲਾਜਵਾਬ ਝੋਟੀ ਮਾਸ਼ਾਅੱਲਾ। ਸਭਿਆਂ ਦਾ ਆਡੀਓ ਕੁਆਲਿਟੀ ਦੋਸਤੋ ਚੈੱਕ ਕਰ ਲਓ, ਤਸੱਲੀਆਂ ਕਰ ਲਓ। ਮਾਸ਼ਾਅੱਲਾ, ਮੇਰੇ ਵੀਰਾਂ ਨੇ ਝੋਟੀ ਚੈੱਕ ਕਰਨੀ ਹੈ, ਤਸੱਲੀ ਕਰਨੀ ਹੈ। ਹਮੇਸ਼ਾ ਤੋਂ ਵੀਰਾਂ ਨੇ ਤਸੱਲੀਆਂ ਕਰਵਾਈਆਂ ਨੇ, ਅੱਛੇ ਅੱਛੇ ਜਾਨਵਰ ਲੈ ਖਰੀਦੇ ਨੇ, ਮਕੂਲ ਰੇਟ ਲੈ ਖਰੀਦੇ ਨੇ ਕਿ ਮੇਰੇ ਵੀਰ ਆਸਾਨੀ ਤਰੀਕੇ ਨਾਲ ਖਰੀਦ ਸਕਣ। ਮੁੱਛ ਬੱਗੀ, ਬਿੱਲੀਆਂ ਅੱਖਾਂ, ਚੂਰਕੁੰਡਾ ਸਿੰਘ, ਮਾਸ਼ਾਅੱਲਾ ਬਿਲਕੁਲ ਘਰੇਲੂ ਹੈ, ਕੋਈ ਵਪਾਰ ਲੈਣ 'ਚ ਨਹੀਂ। ਮੇਰੇ ਵੀਰ ਰੇਟ ਸੁਣਨ ਦੇ, ਮੇਰੇ ਵੀਰਾਂ ਨੇ ਇਨਸ਼ਾਅੱਲਾ ਇਸ ਝੋਟੀ ਦੀ ਦੀਆਂ ਧੁੰਮਾਂ ਪੈ ਜਾਣੀਆਂ ਕਿ ਲਤੀਫ ਬਾਈ ਝੋਟੀ ਸਾਨੂੰ ਦੇ, ਝੋਟੀ ਸਾਨੂੰ ਦੇ। ਰੇਟ ਉਹ ਕਰਾਉਣਾ ਜਿਹੜਾ ਲੈ ਲੈਣਾ ਹੈ, ਨਾ 5,000 ਵੱਧ ਕਰਾਉਣਾ ਨਾ ਘੱਟ ਕਰਾਉਣਾ, ਬਿਲਕੁਲ ਮਕੂਲ ਰੇਟ ਕਰਾਉਣਾ ਹੈ ਕਿ ਮੇਰੇ ਵੀਰ ਵੀਡੀਓ ਲੱਗਦੀ ਜਾਵੇ, ਮੇਰੇ ਵੀਰ ਓਕੇ ਕਰ ਦੇਣ। ਮਾਸ਼ਾਅੱਲਾ ਮੇਰੇ ਵੀਰਾਂ ਨੇ ਤਸੱਲੀਆਂ ਕਰਨੀਆਂ ਨੇ, ਟੂਰਮ ਫਿਲਮ ਮਾਸ਼ਾਅੱਲਾ ਚੈੱਕ ਕਰਵਾ ਦਿੰਦੇ ਹਾਂ। ਮੇਰੇ ਵੀਰਾਂ ਨੇ ਤਸੱਲੀਆਂ ਕਰਨੀਆਂ, ਮਾਸ਼ਾਅੱਲਾ ਪਿਛਲੇ 2 ਖੋ ਸਫੈਦ ਨੇ, ਅਗਲੇ ਕਾਲੇ ਨੇ, ਮਾਸ਼ਾਅੱਲਾ ਚੂਰਕੁੰਡਾ ਸਿੰਘ ਹੱਡੀ ਉੱਠਾ ਖੁੱਡਾ ਟਾਕਾਂ ਪੁੱਛਲ ਸਫੈਦ, ਮਾਸ਼ਾਅੱਲਾ ਬਰੀਕ ਧਾਗੇ ਵਗਰੀ ਖੁੱਚਾਂ ਦੇ ਪੁੱਛੇ ਲਾ ਦੀ ਹੈ ਮਾਸ਼ਾਅੱਲਾ। ਔਰ ਮੇਰਾ ਵੀਰਾਂ ਨੇ ਤਸੱਲੀ ਕਰਨੀ ਹੈ, ਖੱਬੇ ਪਾਸੇ ਚੀਰ ਹੈ, ਤਸੱਲੀਆਂ ਕਰਾਉਣਾ ਸਾਡਾ ਕੰਮ ਹੈ, ਜਾਨਵਰ ਦੇਖਣਾ ਮੇਰੇ ਵੀਰਾਂ ਦਾ ਕੰਮ ਹੈ। ਹਮੇਸ਼ਾ ਤੋਂ ਵੀਰਾਂ ਨੂੰ ਜਾਨਵਰ ਦੇਈਦੇ ਨੇ, ਅੱਛੇ ਅੱਛੇ ਦੇਈਦੇ ਨੇ, ਕੁਆਲਿਟੀ ਦੇਈਦੇ ਨੇ, ਉਹ ਮਕੂਲ ਰੇਟ ਲੈ ਖਰੀਦੇ ਨੇ ਕਿ ਮੇਰੇ ਵੀਰਾਂ ਨੂੰ ਪਤਾ ਲੱਗੇ ਕਿ ਵਾਕਈ ਹੋਤਾ ਪੰਜਾਬ ਟੀਵੀ ਦਾ ਕੰਮ ਹੁੰਦਾ ਹੈ, ਸਾਫ਼ ਸੁਥਰਾ ਹੁੰਦਾ ਹੈ, ਅੱਛਾ ਹੁੰਦਾ ਹੈ, ਕੁਆਲਿਟੀ ਦਾ ਹੁੰਦਾ ਹੈ। ਗੱਬਨ ਝੋਟੀ ਹੈ, 6 ਦਿਨ ਲੈ ਜਾਵੇ, 7 ਦਿਨ ਲੈ ਜਾਵੇ, 8 ਦਿਨ ਲੈ ਜਾਵੇ, ਮਰੀਜ਼ ਗੱਲਾਂ ਪਤਾ ਬਾਲਕਾਂ ਕੋਲ ਪੁੱਛੀਆਂ ਜਾਂਦੀਆਂ ਕੀ ਹਿਸਾਬ ਕਿਤਾਬ ਹੈ, ਕੀ ਡਿਟੇਲ ਹੈ, ਕਿੰਨੇ ਦੀ ਦੇਣੀ ਹੈ, ਉਹ ਲਾਸਟ ਕੀ ਰੇਟ ਹੈ, ਨਾ ਵੀਰਾਂ ਵੱਧ ਮੰਗਣਾ ਨਾ ਘੱਟ ਮੰਗਣਾ, ਜਿੰਨੇ ਦੀ ਝੋਟੀ ਹੋਏਗੀ ਇਨਸ਼ਾਅੱਲਾ ਉਹ ਹੀ ਮੁੱਲ ਹੋਏਗਾ। ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਹਮੇਸ਼ਾ ਤੋਂ ਵੀਰਾਂ ਨੇ ਤਸੱਲੀਆਂ ਕਰਵਾਈਆਂ ਨੇ, ਅੱਛੇ ਅੱਛੇ ਜਾਨਵਰ ਲੈ ਕੇ ਦੇਈਦੇ ਨੇ, ਮਕੂਲ ਰੇਟ ਲੈ ਕੇ ਦੇਈਦੇ ਨੇ ਕਿ ਮੇਰੇ ਵੀਰ ਰੇਟ ਸੁਣਨ ਅਤੇ ਮੇਰੇ ਵੀਰਾਂ ਨੂੰ ਪਤਾ ਲੱਗੇ ਕਿ ਵਾਕਈ ਹੋਤਾ ਪੰਜਾਬ ਟੀਵੀ ਦਾ ਜੇ ਰੇਟ ਹੋਇਆ ਹੈ, ਖੁੱਲ੍ਹ ਪਿਆ ਮੁਹੱਬਤਾਂ ਚਾਹਤਾਂ ਦਾ ਹੋਇਆ ਹੈ। ਮਾਸ਼ਾਅੱਲਾ ਜੀ, ਪਹਿਲਾ ਵਾਰਾ ਸੁਣਦੀ ਪਈ ਹੈ, ਪਹਿਲਾ ਵਾਰਾ ਸੁਣੀ ਪਈ। ਕਿੰਨੇ ਦਿਨ ਕੱਢਦੀ ਭਾਜੀ? 10 ਤੋਂ 12 ਦਿਨ ਕੱਢਦੀ ਹੈ, ਇੱਧਰ ਕੋਈ ਪਰਵਾਹ ਨਹੀਂ ਹੈਗੀ ਸੁਣ ਦੀ। 10 ਤੋਂ 12 ਦਿਨ ਕੱਢਦੀ ਹੈ, ਕੋਈ ਪਰਵਾਹ ਨਹੀਂ ਹੈ ਸੁਣ ਦੀ। ਮਾਸ਼ਾ ਚੰਗਾ ਥੱਬਿਆ ਆਡੇ ਕੁਆਲਿਟੀ ਬਣਾ ਜਾਏਗੀ ਮਾਸ਼ਾਅੱਲਾ। ਹਾਂ ਵੇਖ ਲਓ, ਕੋਈ ਭੰਨਿਆ ਭੁੰਨਿਆ ਨਹੀਂ ਹੈਗਾ। ਜੀ ਜੀ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਲਾਜਵਾਬ ਝੋਟੀ। ਕਿੰਨਵਾਂ ਸੋਚਣੀ ਵੀ ਪਹਿਲਾਂ ਇਹ ਜੀ ਮਾਂ ਦਾ ਕੋਈ ਅੱਛਾ ਰਿਕਾਰਡ ਹੈ ਕਿ ਬਸ ਹਲਕਾ ਫੁਲਕਾ ਹੀ? ਲੋਕਾਂ ਤੋਂ ਨਾ ਇਹ ਨਹੀਂ ਕਹਿੰਦੇ ਕਿ 25 ਕਰਦੀ ਰਹੀ ਜਾਂ 30 ਕਰਦੀ ਰਹੀ। ਅੱਛਾ, ਪਰ 17 ਤੋਂ 18 ਕਿਲੋ ਕਰਦੀ ਰਹੀ ਮਾਸ਼ਾ। 17 ਤੋਂ 18 ਕਿਲੋ ਕਰਦੀ ਰਹੀ। ਅੱਛਾ ਜੀ, ਇਹ ਝੋਟੀ ਆਪਣੇ ਘਰ ਦੀ ਕਿ ਵਪਾਰ ਦੀ? ਹੈਂ, ਜੀ ਖਾਲਾਂ ਕੋਲ ਖੜੀ ਝੋਟੀ। ਅੱਛਾ, ਖਾਲਾਂ ਕੋਲ ਖੜੀ, ਖਾਲਾਂ ਝੋਟੀ। ਹਾਂਜੀ, ਖਾਲਾਂ ਵੀ ਘਰ ਦੀ ਨਾ ਝੋਟੀ ਹੈ? ਹਾਂਜੀ, ਘਰ ਦੀ। ਵਪਾਰ ਲੈਣ ਦੀ ਨਹੀਂ? ਨਹੀਂ ਜੀ, ਵੇਚਣੀ ਹੈ, ਸਲਾਹ ਕੀਤੀ? ਹਾਂਜੀ, ਤਸੱਲੀ ਹੈ, ਤਸੱਲੀ ਹੈ ਮਾਸ਼ਾਅੱਲਾ। ਅੱਛਾ, ਕੋਈ ਥਣਾ ਦੀ ਪਿੱਛੇ ਦੀ ਗੰਢ ਮਰੋੜੀ ਜਿਹੜਾ ਵੀ ਝੋਟੀ ਲਵੇ ਪਾਸ ਕਰਾ ਕੇ ਦੇਣੀ ਆਪਾਂ? ਯਾਰ, ਆਪਾਂ 16 ਆਨੇ ਕਰਕੇ ਦੇਵਾਂਗੇ। 16 ਆਨੇ ਕਰਕੇ ਦੇਵਾਂਗੇ ਝੋਟੀ, ਅੱਲਾ ਦੇ ਹੁਕਮ ਨਾਲ ਇੰਨੀ ਹੋਰ ਪਿਛਣ ਨਿਕਲਣੀ। ਪਹਿਲੇ ਸਵੇ ਅੱਲਾ ਦੇ ਘਰ 'ਚ ਕਿੰਨੀ ਕਮੀਦ ਹੈ, ਕਿਉਂਕਿ ਬੰਦ ਖਰਬੂਜ਼ਾ ਹੋ ਸਕਦਾ 20 ਕੱਜ, ਹੋ ਸਕਦਾ 5 ਕਿਲੋ ਕਰੇ, ਉਹ ਕੁਛ ਕਹਿ ਨਹੀਂ ਸਕਦੇ। ਅੱਲਾ ਦੇ ਘਰ ਦੇ 13 ਤੋਂ 14 ਕਿਲੋ ਦੀ ਉਮੀਦ ਹੈ। 13 ਤੋਂ 14 ਕਿਲੋ ਦੀ ਉਮੀਦ ਇਨਸ਼ਾਅੱਲਾ, ਇੰਨਾ ਕਰੇਗੀ ਆਰਾਮ ਨਾਲ ਅੱਲਾ ਦੇ। ਠੀਕ, ਅਤੇ ਮੇਰਾ ਵੀਰ ਨਾ ਨੁਕਸ ਹੈ ਆਪਣੇ, ਜਦੋਂ ਨੁਕਸ ਹੋਵੇ ਝੋਟੀ ਵਾਪਸੀ, ਕਾਬਲੇ ਕਿਰਾਇਆ ਵਾਪਸੀ।
ਅੱਛਾ ਜੀ ਹਾਂਜੀ ਤੇ ਕਿਹੜੀ ਨਸਲ ਇਹ ਹਾਂ ਪਿਲਤੀ ਪਿਓਰ ਨੀਲੀ ਦੀ ਝੋਟੀ ਹੈ ਪਿਓਰ ਨੀਲੀ ਪਿਓਰ ਨੀਲੀ ਦੀ ਰਾਈ ਨੇ ਭਾਈ ਰਾਈਆਂ ਦੇ ਘਰ ਦੀ ਝੋਟੀ ਹੈ ਅੱਛਾ ਰਾਈਆਂ ਦੇ ਘਰ ਦੀ ਝੋਟੀ ਰਾਈਆਂ ਦੀ ਘਰ ਠੀਕ ਹੋ ਗਿਆ ਨਾ ਅੱਛਾ ਮੇਰਾ ਵੀਰ ਨਾ ਮੁੱਲ ਕਰ ਜਿਹੜਾ ਲੈ ਲੈਣਾ ਫੁੱਲ ਪਿਆ ਮਹੱਤਾਂ ਮੁੱਲ ਵੇ ਕਿ ਵੀਡੀਓ ਲੱਗ ਰਹੀ ਆ ਵੀ ਮੇਰੇ ਵੀਰ ਕਹਿਣ ਕਿ ਰਸੀਬ ਬਾਈ ਝੋਟੀ ਇੱਥੇ ਹੀ ਓਕੇ ਕਰ ਦੇ ਪਿਲਤੀ ਮੁੱਲ ਤਾਂ ਕਰਨੇ ਹੋਇਆ 6 ਲੱਖ ਸੀ ਨਾ ਯਾਰ ਨਾ ਨਾ ਦੇਣੀ ਝੋਟੀ ਪਤਾ ਕਿੰਨੇ ਦੀ ਤੇਰੀ ਵਾਸਤੇ ਚਾਹਦਾ ਕਹਿੰਦੇ 4 ਲੱਖ ਦੀ ਝੋਟੀ ਦੇ ਦਿਆਂਗਾ ਵੀਰ 4 ਲੱਖ ਦੀ ਝੋਟੀ ਮਾਸ਼ਾ 4 ਲੱਖ ਦੇ ਵਿੱਚੋਂ ਆਏ ਵੀਰ ਦੀ ਕਦਰ ਜਿਹੜੀ ਸਾਡੀ ਕਦਰ ਸਾਡੀ ਕੀ ਕਦਰ ਕਰਨੀ ਹੈ ਦੱਸ ਲਓ ਵੀਰ ਕਦਰ ਹੀ ਕੀਤੀ ਅੱਗੋਂ ਤੇ ਨਹੀਂ ਦੱਸ ਪੱਕੀ ਦੱਸ ਦੇ ਇੱਕੋ ਗੱਲ ਕਰ ਵੀਡੀਓ ਲੰਬੀ ਹੋ ਰਹੀ ਹੈ ਇਹ ਫਾਈਨਲ ਆਪ 3,80,000 ਦੀ ਦੇਣੀ ਇਸ ਤੋਂ ਘੱਟ ਨਹੀਂ ਜਾਣੀ ਇਸ ਤੋਂ ਘੱਟ 100 ਕੁ ਦੱਸ ਦੋ ਦੱਸ ਦੀ ਮਾੜੀ ਮੋਟੀ ਹੋਏਗੀ 1,000 ਦੀ ਹੋਏਗੀ 2,000 ਦੀ ਵੀ ਹੋਣੀ ਲੈ ਦੋਸਤੋ ਭਾਈ ਦੀਆਂ ਗੱਲਾਂ ਸੁਣਨੀਆਂ ਨੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਵੇ ਸਾਡੇ ਨਾਲ ਕਦੇ ਰਾਬਤਾ 0306-5110-914 ਇਹ ਕਾਲ ਨੰਬਰ ਹੈ ਵਟਸਐਪ ਨੰਬਰ ਈਮੇਲ ਨੰਬਰ ਹੈ ਇਸ ਤਰੀਕੇ ਨਾਲ ਹਮੇਸ਼ਾ ਤੋਂ ਵੀਰਾਂ ਵਾਸਤੇ ਅੱਛੇ ਅੱਛੇ ਜਨਮ ਕੜਕ ਲਿਆਈਦੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਉਹ ਮਾਸ਼ਾਅੱਲਾ ਕਮੈਂਟ ਵੀ ਕਰਨਾ ਹੈ ਕਿ ਮੇਰੇ ਵੀਰਾਂ ਨੂੰ ਪਤਾ ਲੱਗੇ ਕਿ ਵਾਕਈ ਮੇਰੇ ਵੀਰਾਂ ਨੂੰ ਪਤਾ ਲੱਗੇ ਕਿ ਵਾਕਈ ਹੋਤਾ ਪੰਜਾਬ ਟੀਵੀ 'ਤੇ ਕੰਮ ਹੋ ਰਿਹਾ ਹੈ ਇਸ ਤਰੀਕੇ ਨਾਲ ਆਪਣੇ ਵੀਰ ਨੂੰ ਜਾ